ਵਾਰਾਂ ਭਾਈ ਗੁਰਦਾਸ ਜੀ, ਵਾਰ 25ਵੀਂ ਪੌੜੀ 5ਵੀਂ। ਅਸੁਰ ਭਭੀਖਨ ਭਗਤ ਹੈ ਬਿਦਰ ਧਰੂ ਵਿਖਲੀ ਸਰਣਾਈ, ਧੰਨਾ ਜੱਟ ਵਿਖਾਣੀ ਹੈ ਸਦਨਾ ਜਾਤ ਅਜਾਤ ਕਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੁਰ ਭਭੀਖਨ ਭਗਤ ਹੈ ਬਿਦਰ ਧਰੂ ਵਿਖਲੀ ਸਰਣਾਈ। ਹੁਣ ਭਾਈ ਗੁਰਦਾਸ ਜੀ ਭਗਤਾਂ ਦਾ ਆਪਾਂ ਨੂੰ ਫਿਰ ਐਗਜ਼ਾਮਪਲ ਦਿੰਦੇ ਨੇ, ਜਿਹੜੇ ਭਗਤ ਜਿਹੜੇ ਨੇ ਉਹਨਾਂ ਦੀ ਜਾਤ ਅਤੇ ਉਹਨਾਂ ਦੀ ਕਮਾਈ ਉਹਦੇ ਬਾਰੇ ਆਪਾਂ ਨੂੰ ਦੱਸਦੇ ਨੇ। ਕਹਿੰਦੇ ਅਸੁਰ, ਅਸੁਰ ਮੀਨਸ ਡੈਂਥ, ਡੈਂਥ ਮੀਨਸ ਡੀਮਨਸ, ਡੀਮਨਸ ਦੀਆਂ ਜਾਤੀ ਵਿੱਚੋਂ ਰਾਵਣ, ਜਿਹੜਾ ਰਾਵਣ ਸੀ ਨਾ, ਹੀ ਵਾਸ ਅ ਡੀਮਨ। ਸੋ ਕਹਿੰਦੇ ਡੀਮਨ ਦੀ ਜਾਤੀ ਵਿੱਚੋਂ ਇਹ ਦੈਂਤਾਂ ਦੀ, ਅਸੁਰ ਦੀ ਜਾਤੀ ਵਿੱਚੋਂ ਭਭੀਖਣ ਹੋਇਆ। ਭਭੀਖਣ ਵਾਸ ਦਾ ਯੰਗ ਬ੍ਰਦਰ ਆਫ ਰਾਵਣ। ਸੋ ਇਹ ਭਭੀਖਣ ਜਿਹੜਾ ਸੀਗਾ, ਇਹਨੇ ਕੀ ਕੀਤਾ, ਕਹਿੰਦੇ ਜਦੋਂ ਰਾਮ ਚੰਦਰ ਕੁਡ ਨੋਟ, ਜਿਹੜਾ ਹਨ ਉਹ ਰਾਵਣ ਨੂੰ ਨਹੀਂ ਜਿੱਤ ਸਕਿਆ, ਉਹ ਮਾਰਦਾ ਸੀ, ਰਾਵਣ ਫਿਰ ਜਿਉਂਦਾ ਹੋ ਜਾਂਦਾ ਸੀ, ਮਾਰਦਾ ਫਿਰ ਜਿਉਂਦਾ ਹੋ ਜਾਂਦਾ, ਹੀ ਕੁਡਨ ਕਿਲ ਰਾਵਣ। ਸੋ ਭਭੀਖਣ ਨੇ ਆ ਕੇ ਰਾਮ ਚੰਦਰ ਨੂੰ ਕਿਹਾ, ਕਹਿੰਦੇ ਰਾਵਣ ਨੂੰ ਮਾਰਨ ਵਾਸਤੇ ਦੇਰ ਇਜ਼ ਵਨ ਸਿਕਰਟ, ਕਹਿੰਦੇ ਉਹਦੇ ਜਿਹੜਾ ਨੇਵਲ ਬਟਨ ਹੈ ਨਾ, ਜਿਹੜਾ ਆਪਣਾ ਰੇਲੀ, ਜਿਹੜਾ ਆਪਣੀ ਧੁੰਨੀ ਆ, ਕਹਿੰਦੇ ਇਹਦੇ ਵਿੱਚ ਅੰਮ੍ਰਿਤ ਪਿਆ ਹੈ। ਸੋ ਵਟ ਰਾਮ ਚੰਦਰ ਜੀ ਡੇਟ, ਉਹਨੇ ਆਪਣਾ ਐਰੋ ਲਿਆ, ਉੱਤੇ ਫਾਇਰ ਲਾਈ, ਉਹਨੇ ਚੱਕ ਕੇ ਸਿੱਧਾ ਉਹਦੇ ਨੇਵਲ ਜਿਹੜਾ ਇਹਦੇ ਵਿੱਚ ਮਾਰਿਆ ਧੁੰਨੀ ਵਿੱਚ, ਤਾਂ ਉਹ ਜਾ ਕੇ ਉਹਦਾ ਅੰਮ੍ਰਿਤ ਸਕਾਇਆ, ਤਾਂ ਰਾਵਣ ਮਰਿਆ। ਸੋ ਇਸ ਕਰਕੇ ਅੱਜ ਵੀ ਤੁਸੀਂ ਦੇਖੋਗੇ ਨਾ, ਜਦੋਂ ਰਾਵਣ ਦੀ ਮੂਰਤੀ ਬਣਾ ਕੇ ਉਹ ਸਾੜਦੇ ਨੇ, ਉਹ ਕਿਉਂ ਸਾੜਦੇ ਨੇ, ਕਿਉਂਕਿ ਉਹਨੂੰ ਉਵੇਂ ਮਾਰਿਆ ਸੀਗਾ ਰਾਮ ਚੰਦਰ ਨੇ। ਸੋ ਕਹਿੰਦੇ ਇਹਨੇ ਉਹਦਾ ਸਿਕਰਟ ਦੱਸਤਾ ਸੀਗਾ, ਕਿਉਂਕਿ ਇਹ ਰਾਮ ਚੰਦਰ ਦਾ ਭਗਤ ਬਣ ਗਿਆ ਸੀਗਾ। ਸੋ ਫਿਰ ਰਾਮ ਚੰਦਰ ਨੇ ਕੀ ਕੀਤਾ, ਰਾਵਣ ਨੂੰ ਕੌਂਕਰ ਕਰਕੇ, ਲੰਕਾ ਨੂੰ ਕੌਂਕਰ ਕਰਕੇ, ਉਹਨੇ ਭਭੀਖਣ ਨੂੰ ਰਾਜ ਦਿੱਤਾ, ਉਹਨੇ ਰਾਜ 'ਤੇ ਉਹਨੂੰ ਬਿਠਾਇਆ ਆਪਣਾ ਭਗਤ ਜਾਣ ਕੇ, ਵੀ ਤੂੰ ਰਾਜ ਉੱਤੇ ਬੈਠ। ਸੋ ਕਹਿੰਦੇ ਅਸੁਰ ਭਭੀਖਣ ਭਗਤ ਹੈ, ਉਹਨੂੰ ਅੱਜ ਲੋਕ ਭਭੀਖਣ ਨੂੰ ਭਗਤ ਮੰਨਦੇ ਨੇ, ਵੀ ਇੱਕ ਭਗਤ ਹੋਇਆ ਹੈ। ਦੂਸਰਾ ਕਹਿੰਦੇ ਬਿਦਰ, ਕਹਿੰਦੇ ਬਿਦਰ, ਵਿਦੁਰ, ਵਿਦੁਰ ਵੀ ਇਹਨੂੰ ਕਹਿੰਦੇ ਹਾਂ, ਜਾਂ ਵਿਦਰ। ਇਹ ਸੀ ਕੀ ਸੀਗਾ, ਇਹ ਸਾਖੀ ਜਿਹੜੀ ਕਾਫੀ ਲੰਮੀ ਹੈ। ਸੋ ਇਹ ਸਾਖੀ ਦੇ ਵਿੱਚੋਂ ਸ਼ਾਂਤਨੂ ਰਾਜਾ ਸੀਗਾ, ਉਹਦੇ ਗਾਂ ਜਿਹੜਾ ਹੋਇਆ, ਚਲੋ ਬਹੁਤ ਲੰਮੀ ਸਟੋਰੀ ਹੈ। ਅਤੇ ਜਿਹੜਾ ਪਾਂਡੂ ਰਾਜਾ ਹੋਇਆ, ਧਿਤਰਾਸ਼ਟਰ ਹੋਇਆ, ਮਹਾਭਾਰਤ, ਕੈਰਵ ਐਂਡ ਪਾਂਡਵ, ਸੋ ਇਹਨਾਂ ਦਾ ਇੱਕ ਭਰਾ ਹੋਰ ਸੀਗਾ ਵਿਦੁਰ। ਇਹ ਕਿਵੇਂ ਹੋਇਆ, ਬਿਕੋਜ਼ ਇਹ ਦੋ ਜਿਹੜੇ ਸੀ ਰਾਜੇ, ਇਹਨਾਂ ਦੀਆਂ ਘਰ ਵਾਲੀਆਂ ਨੂੰ ਬੱਚੇ ਨਹੀਂ ਹੁੰਦੇ ਸੀਗੇ। ਸੋ ਦੇ ਬੋਟ ਅ ਰਿਸ਼ੀ, ਰਿਸ਼ੀ ਨੇ ਆ ਕੇ ਕਿਹਾ ਕਿ ਮੈਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖੂੰਗਾ, ਦੇਵਲਗਿਆ ਦਿਆ ਸਨ। ਸੋ ਇਹਨੇ ਜਦੋਂ ਧਿਤਰਾਸ਼ਟਰ ਦੀ ਮਾਂ ਨੂੰ ਦੇਖਿਆ, ਉਹ ਵਿਚਾਰੀ ਡਰ ਗਈ, ਉਹਨੇ ਅੱਖਾਂ ਬੰਦ ਕਰ ਲਈਆਂ, ਇਸ ਕਰਕੇ ਧਿਤਰਾਸ਼ਟਰ ਜਦੋਂ ਜੰਮਿਆ ਅੰਨਾ ਸੀਗਾ, ਇਹ ਕੁੜਨ ਸੀ। ਦੂਸਰੀ ਘਰ ਵਾਲੀ ਸੀ ਜਿਹੜੀ, ਉਹ ਦੂਜੇ ਦੀ ਆਪਣੀ, ਉਹਨੇ ਜਾ ਕੇ ਕੀਤਾ, ਉਹ ਡਰ ਗਈ, ਉਹ ਕੰਬਣ ਲੱਗ ਗਈ, ਉਹਦੇ ਘਰ 'ਚ ਪਾਂਡਵ ਹੋਇਆ, ਪਾਂਡੂ ਵਾਸ ਵੈਰੀ ਵੀਕ, ਸੋ ਹੀ ਡਾਈਟ ਵੈਰੀ ਫਾਸਟ। ਸੋ ਤੀਜੀ ਕੀ ਸੀਗੀ, ਉਹਨਾਂ ਨੇ ਇੱਕ ਦਾਸੀ ਲਿਆ ਕੇ ਖੜਾਤੀ ਉੱਥੇ, ਉਹ ਦਾਸੀ ਨੂੰ ਜਦੋਂ ਉਹਨੇ ਦੇਖਿਆ, ਦਾਸੀ ਨੇ ਚੰਗੀ ਤਰ੍ਹਾਂ ਦੇਖ ਲਿਆ ਉਹ ਰਿਸ਼ੀ ਵੱਲ, ਉਹਦੇ ਘਰ ਵਿਦੁਰ ਹੋਇਆ। ਸੋ ਵਿਦੁਰ ਵਾਸ ਦਾਸੀ ਪੁੱਤਰ, ਦੱਸਿਆ ਕੋਲੀ ਦਾਸੀ ਪੁੱਤਰ, ਬਟ ਧਿਤਰਾਸ਼ਟਰ ਐਂਡ ਪਾਂਡੂ ਨੋ ਹਿਮ ਐਸ ਇਸ ਬ੍ਰਾਦਰ, ਵੀ ਸਾਡਾ ਭਰਾ ਇਹ, ਪਰ ਹੈ ਸੀ ਦਾਸੀ ਪੁੱਤਰ। ਕਹਿੰਦੇ ਇਹਦੇ ਘਰ 'ਚ ਫਿਰ ਕ੍ਰਿਸ਼ਨ ਜਾਂਦਾ ਹੁੰਦਾ ਸੀ ਰਹਿਣ ਵਾਸਤੇ, ਇਹਨੂੰ ਸਾਖੀ ਆਉਂਦੀ ਨਾ, ਇਹਦੀ ਘਰ ਵਾਲੀ ਵਿਦੁਰ ਦੇ ਘਰ ਗਿਆ, ਉਹਦੀ ਘਰ ਵਾਲੀ ਨੇ ਪੀ, ਜਿਹੜਾ ਕੇਲੇ ਹੁੰਦੇ ਨੇ, ਕੇਲੇ ਆਪ ਖਾਈ ਜਾਵੇ, ਉਹ ਜਿਹੜੀ ਗੁੱਦਰ ਲਾਹ ਲਾ ਕੇ ਰੱਖੀ ਜਾਵੇ, ਉਹ ਵਿਚਾਰੀ ਪ੍ਰੇਮ ਵਿੱਚ ਆਈ, ਉਹਨੂੰ ਪਤਾ ਨਾ ਲੱਗਿਆ, ਉਹ ਕ੍ਰਿਸ਼ਨ ਵਿਚਾਰਾ ਉਹਦੇ ਛਿੱਲ ਖਾਈ ਗਿਆ, ਉਹ ਦੂਜਾ ਉਹ ਚੱਕ ਕੇ ਛੱਟੀ ਗਈ ਦੂਜਾ। ਸੋ ਇਹਨੂੰ ਕਹਿੰਦੇ ਇਹ ਵਿਦਰ ਸੀਗਾ। ਚਲੋ ਫਿਰ ਧਰੂ ਭਗਤ ਜਿਹੜਾ 5 ਸਾਲਾਂ ਦਾ ਸੀਗਾ, ਚਲੋ ਉਹ ਗਿਆ। ਜਿਹੜਾ ਹਾਂ ਵਿਖਲੀ ਸਰਨਾਈ, ਵਿਖਲੀ ਮੀਨਸ ਪ੍ਰੋਸੀਟਿਊਟ, ਗਣਕਾ, ਗਣਕਾ ਜਿਹੜੀ ਸੀ ਪ੍ਰੋਸੀਟਿਊਟ ਸੀ, ਉਹਦੇ ਘਰ 'ਚ ਸੰਤ ਆਏ, ਸੰਤਾਂ ਨੇ ਉਹਨੂੰ ਚਿੜੀ ਦਿੱਤੀ, ਕਹਿੰਦੇ ਰਾਮ ਰਾਮ ਕਿਹਾ ਕਰ, ਉਹ ਜਦੋਂ ਹੱਥ ਪਾਉਂਦੀ ਸੀ ਸਵੇਰੇ, ਅਤੇ ਇੱਕ ਵਾਰ ਉਹ ਸੱਪ ਨੇ ਡੰਕ ਮਾਰਿਆ, ਉਹ ਰਾਮ ਰਾਮ ਕਹਿੰਦੀ ਉਹ ਮਰ ਗਈ। ਕਹਿੰਦੇ ਜਦੋਂ ਮਰੀ, ਉਹਦਾ ਵੀ ਉਧਾਰ ਹੋ ਗਿਆ।
ਸੋ ਕਹਿੰਦੇ ਇਹ ਸਾਰੇ ਐਗਜ਼ਾਮਪਲ ਦਿੱਤੇ ਨੇ ਭਪੀਖਨ, ਬਿੱਦਰ, ਧਰੂ ਅਤੇ ਵਿਖਲੀ ਗਣਕਾ। ਸੋ ਕਹਿੰਦੇ ਇਹ ਸਾਰਿਆਂ ਭਾਵੇਂ ਨੀਵੀਂ ਜਾਤੀਆਂ ਵਾਲੇ ਸਨ, ਪਰ ਇਹਨਾਂ ਨੇ ਭਗਤੀ ਕਰਕੇ ਇਹ ਪ੍ਰਵਾਨ ਹੋਏ ਸਰਨ ਲਈ ਇਹਨਾਂ ਨੇ ਪਰਮਾਤਮਾ ਦੀ। ਫਿਰ ਧੰਨਾ ਜੱਟ ਵਖਾਣੀ, ਹੁਣ ਧੰਨੇ ਜੱਟ ਦੀ ਗੱਲ ਆਉਂਦੀ ਹੈ। ਕਹਿੰਦੇ ਧੰਨਾ ਜੱਟ ਜਿਹੜਾ ਸੀ ਵਖਾਣੀ ਹੈ, ਕਹਿੰਦੇ ਇਹ ਧੰਨਾ ਜੱਟ ਵੀ ਕਹਿੰਦੇ ਵਖਾਣ ਵਿੱਚ, ਇਹਦਾ ਵੀ ਹੁਣ ਸਾਖੀਆਂ ਲੋਕ ਦੱਸਦੇ ਨੇ। ਹੁਣ ਧੰਨਾ ਜੱਟ ਵਿਚਾਰਾ ਇੱਕ ਜੱਟ ਸੀ ਵਿਚਾਰਾ, ਖੇਤੀ ਕਰਨ ਵਾਲਾ, ਕੌਣ ਜਾਣਦਾ, ਪਰ ਉਹਨੂੰ ਵੀ ਪਰਮਾਤਮਾ ਪ੍ਰਾਪਤ ਹੋ ਗਿਆ। ਹਾਂਜੀ, ਕਹਿੰਦੇ ਹੁਣ ਧੰਨਾ ਜੱਟ ਦੇ ਐਗਜ਼ਾਮਪਲ ਦਿੱਤੇ ਜਾਂਦੇ ਹਨ। ਸਦਨਾ ਜਾਤ ਅਜਾਤ ਕਸਾਈ, ਦੇਖੋ ਫਿਰ ਸਦਨਾ ਆਇਆ। ਸਦਨਾ ਕੀ ਸੀ? ਇੱਕ ਬੁੱਚੜ, ਇੱਕ ਬੁੱਚ। ਸੋ ਬੁੱਚੜ ਕੀ ਕਰਦਾ ਸੀ? ਉਹ ਮਾਸ ਵੇਚਦਾ ਸੀਗਾ। ਸੋ ਇੱਕ ਦਿਨ ਪਰਮਾਤਮਾ ਨੇ ਉਹਨੂੰ ਬੱਕਰੀ ਦੇ ਰੂਪ 'ਚ ਆ ਕੇ ਦੱਸਿਆ, ਕਹਿੰਦਾ ਤੂੰ ਮੇਰੀ ਕਲੱਤ ਕੱਟੇਂਗਾ, ਸਾਰੀ ਰਾਤ ਮੈਂ ਕਰੂੰਗਾ, ਕਹਿੰਦਾ ਫਿਰ ਅਗਲੇ ਜਨਮ 'ਚ ਮੈਂ ਤੇਰਾ ਕਰੂੰਗਾ, ਫਿਰ ਉਹ ਤੋਂ ਬਾਅਦ ਤੂੰ ਮੇਰਾ ਕਰੇਂਗਾ, ਇਹ ਸਿਲਸਿਲਾ ਚੱਲਦਾ ਰਹਿਣਾ ਨਾ। ਯੂ ਡੂ ਬੈਡ ਟੂ ਮੀ, ਆਈ ਡੂ ਬੈਡ ਟੂ ਯੂ, ਯੂ ਕਿਲ ਮੀ, ਆਈ ਵਿਲ ਕਿਲ ਯੂ ਬੈਕ। ਨੋ, ਸੋ ਕਹਿੰਦਾ ਇਸ ਤਰ੍ਹਾਂ ਹੀ ਚੱਲਿਆ ਰਹਿਣਾ। ਸੋ ਇਹਨੂੰ ਸਮਝ ਆ ਗਈ, ਇਹ ਛੱਡ ਕੇ ਚੱਲਿਆ ਗਿਆ। ਇਹ ਸਰਹੰਦ ਵਿੱਚ ਗਿਆ, ਸਰਹੰਦ ਵਿੱਚ ਜਾ ਕੇ ਇਹ ਭਗਤੀ ਕਰਨ ਲੱਗਿਆ। ਸਦਨਾ ਦੇ ਕੋਲ ਇੱਕ ਔਰਤ ਆਈ, ਕਹਿੰਦਾ ਤੂੰ ਮੇਰਾ ਵਿਆਹ ਕਰ ਲਾ। ਉਹ ਕਹਿੰਦਾ ਮੇਰੇ ਵਾਸਤੇ? ਕਹਿੰਦਾ ਔਰਤ ਤਾਂ ਮਾਂ ਹੈ, ਮੈਂ ਸਾਰਿਆਂ ਨੂੰ ਮਾਂ ਕਰਕੇ ਦੇਖਦਾ। ਸੋਹਣੇ ਨਾ ਕਰਤੀ ਇਹ ਔਰਤ ਨੇ ਆਪਣੇ ਜਿਹੜਾ ਹਨ ਜਿਹੜਾ ਪਤੀ ਦਾ ਸਿਰ ਵੱਢ ਕੇ ਲਿਆਈ, ਕਹਿੰਦੀ ਮੇਰਾ ਪਤੀ ਮਰ ਗਿਆ, ਹੁਣ ਤੂੰ ਮੇਰਾ ਵਿਆਹ ਕਰ ਲਾ। ਸੋ ਇਹਨੇ ਫਿਰ ਵੀ ਨਾ ਕਰ ਦਿੱਤੀ, ਉਹਨੇ ਜਾ ਕੇ ਰੌਲਾ ਪਾ ਦਿੱਤਾ, ਅਤੇ ਫਿਰ ਸਰਹੰਦ ਦੇ ਜਿਹੜੇ ਨਵਾਬ ਸੀਗੇ ਉਹਨਾਂ ਨੇ ਆ ਕੇ ਫਿਰ ਸਦਨ ਇਹਨੂੰ ਫੜਿਆ। ਅਤੇ ਪਰ ਸਦਨਾ ਕਹਿਣ ਲੱਗਾ ਵੀ ਮੈਂ ਕੁਝ ਨਹੀਂ ਕੀਤਾ, ਮੈਂ ਨਾ ਇਹਨੂੰ ਕਿਹਾ ਕੁਛ। ਅਤੇ ਉਹਨਾਂ ਨੇ ਜਦੋਂ ਸਦਨੇ ਦਾ ਦੇਖਿਆ ਨਾ, ਚਿਹਰਾ ਵੀ ਭਗਤੀ ਵਾਲਾ, ਉਹਨਾਂ ਨੇ ਛੱਡ ਦਿੱਤਾ, ਕਹਿੰਦੇ ਔਰਤ ਝੂਠ ਬੋਲਦੀ ਹੋਊਗੀ। ਫਿਰ ਜਿਹੜਾ ਸਦਨਾ ਪ੍ਰਯਾਗਰਾਜ ਵਿੱਚ ਚਲਿਆ ਗਿਆ। ਪ੍ਰਯਾਗਰਾਜ ਜਿਹੜਾ ਸੀਗਾ, ਕਹਿੰਦੇ ਉਹ ਕੰਧ ਇੱਕ ਵਾਰੀ ਡਿੱਗ ਪਈ, ਅਤੇ ਜਦੋਂ ਕੰਧ ਡਿੱਗ ਪੈਂਦੀ ਆ ਨਾ, ਇਹ ਰਾਜਿਆਂ ਦਾ ਖਿਆਲ ਹੁੰਦਾ ਵੀ ਕੋਈ ਭਗਤੀ ਵਾਲਾ ਬੰਦਾ ਖੜਾ ਦਿਉ ਉੱਥੇ ਨੀਹਾਂ ਵਿੱਚ, ਜਿਵੇਂ ਨੀਹਾਂ ਨਹੀਂ ਚਿਣੀ ਦੀਆਂ ਹੁੰਦੀਆਂ, ਇਹ ਨੀਹਾਂ ਜਿਹੜੀਆਂ ਫਾਊਂਡੇਸ਼ਨ, ਉਹ ਟਾਈਮ 'ਤੇ ਨੀਹਾਂ ਦੇ ਵਿੱਚ ਲੋਕ ਜਿਹੜੇ ਇਹ ਮੁਗਲ ਸੀਗੇ ਨਾ, ਮੁਸਲਮਾਨ, ਇਹ ਕੀ ਕਰਦੇ ਸੀਗੇ, ਕੋਈ ਭਗਤੀ ਵਾਲੇ ਬੰਦੇ ਨੂੰ ਖੜਾਉਂਦੇ ਸੀ ਵੀ ਇਹ ਜੇ ਖੜੇਗਾ ਉਹ ਕਿਤੇ ਨਹੀਂ ਡਿੱਗੇਗੀ ਕੰਧ। ਨਾਉ ਯੂ ਨੋ ਵਾਈ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਸੀ? ਦੱਸੋ, ਦੇ ਹੈਡ ਦਿਸ ਕਾਇੰਡ ਆਫ ਉਹ ਥਿੰਕਿੰਗ ਆ ਉਹਨਾਂ ਦੀ। ਸੋ ਉਹਨਾਂ ਨੇ ਜਾ ਕੇ ਇਹਨੂੰ ਕੰਧ 'ਚ ਖੜਾਤਾ, ਅਤੇ ਕੀ ਕੀਤਾ, ਜਦੋਂ ਇਹਦੇ ਉੱਤੇ ਵਾਲ ਉਸਾਰੀ ਤਾਂ ਵਾਲ ਡਿੱਗੀ ਜਾਵੇ, ਅਤੇ ਜਿਹੜੇ ਬਣਾਉਂਦੇ ਸੀ ਉਹਨਾਂ ਦੇ ਮੂੰਹ 'ਤੇ ਡਿੱਗੀ ਜਾਵੇ, ਉਹ ਉੜ ਉੜ ਕੇ ਪੈਣ। ਫਿਰ ਜਾ ਕੇ ਸਦਨੇ ਨੂੰ ਲੋਕਾਂ ਨੇ ਮੰਨਿਆ, ਅਤੇ ਸਦਨਾ ਵੀ ਭਗਤ ਹੋਇਆ। ਕਹਿੰਦੇ ਆਜ਼ਾਦ ਕਸਾਈ, ਕਹਿੰਦੇ ਦੇਖੋ ਕਿੱਡੀ ਭੈੜੀ ਜਾਤੀ ਵਾਲਾ ਸੀ, ਬੁੱਚੜ ਸੀ ਇਹ, ਕਹਿੰਦੇ ਇੱਕ ਭਗਤ ਬਣ ਗਿਆ ਜਿਹਨੂੰ ਲੋਕ ਮੱਥਾ ਟੇਕਣ ਲੱਗ ਗਏ। ਫਿਰ ਭਗਤ ਕਬੀਰ ਜੁਲਾਹੜਾ, ਦੇਖੋ ਫਿਰ ਕਹਿੰਦੇ ਭਗਤ ਕਬੀਰ ਜੀ, ਕਹਿੰਦੇ ਜੁਲਾਹਾ ਸੀਗਾ। ਜੁਲਾਹਾ ਕੌਣ ਆ? ਜਿਹੜਾ ਕੋਟਨ ਤੋਂ ਕੱਪੜੇ ਬਣਾਉਂਦੇ ਨੇ। ਸੋ ਕਹਿੰਦੇ ਇਹ ਜੁਲਾਹਾ ਸੀਗਾ, ਸਾਰੇ ਲੋਕ ਇਹਨੂੰ ਨੀਵੀਂ ਜਾਤੀ ਦਾ ਕਹਿ ਕੇ, ਕੋਈ ਇਹਨੂੰ ਨਾਮ ਵੀ ਨਹੀਂ ਦਿੰਦਾ ਸੀ, ਵਿਚਾਰਾ ਰਸਤੇ 'ਚ ਪੈ ਗਿਆ, ਰਾਮਾਨੰਦ ਜੀ ਨੰਗੇ ਪੈਰ ਵੱਜਿਆ ਰਾਤ ਨੂੰ ਹਨੇਰੇ ਵਿੱਚ, ਕਹਿੰਦੇ ਰਾਮ ਕੇ ਰਾਮ ਕਹੋ, ਤਾਂ ਕਹਿੰਦੇ ਉਦੋਂ ਰਾਮ ਦਾ ਨਾਮ ਲੈ ਕੇ ਭੱਜਿਆ ਵਿਚਾਰਾ, ਰਾਮ 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 ਕਰਦਾ ਰਿਹਾ, ਅਤੇ ਭਗਤ ਬਣ ਗਿਆ ਕਹਿੰਦੇ। ਸੋ ਕਹਿੰਦੇ ਇਸ ਤਰ੍ਹਾਂ ਕਰਕੇ ਕਹਿੰਦੇ ਕਬੀਰ ਵੀ ਜੁਲਾਹਾ ਹੋ ਕੇ ਨਾਮ ਜਪ ਕੇ ਦੇਖੋ ਕੀ ਬਣ ਗਿਆ। ਫਿਰ ਦੇਖੋ ਕਹਿੰਦੇ ਨਾਮਾ, ਭਗਤ ਨਾਮਦੇਵ ਜੀ ਸ਼ਿੰਬਾ ਸੀਗਾ ਜਿਹਨੇ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕੀਤਾ। ਅਤੇ ਦੇਖੋ ਭਗਤ ਜਨ ਜਿਹੜੇ ਹੁੰਦੇ ਨੇ ਇਹ ਪਰਮਾਤਮਾ ਨੂੰ ਰੀਅਲ ਕਰਕੇ ਜਾਣਦੇ ਨੇ। ਹੁਣ ਇਹਦੀ ਸਾਖੀ ਆਉਂਦੀ ਆ ਨਾ, ਕਹਿੰਦੇ ਇਹਦਾ ਨਾਨਾ ਜੀ ਸੀਗਾ, ਇਹਨਾਂ ਦੇ ਘਰ 'ਚ ਮੰਦਰ ਸੀਗਾ ਜਿਹਨੂੰ ਬਿੱਠਲ ਕਹਿੰਦੇ ਆ, ਕਿਉਂਕਿ ਭਗਤ ਨਾਮ ਜੀ ਬਾਣੀ 'ਚ ਪਰਮਾਤਮਾ ਬਿੱਠਲ ਕਹਿੰਦੇ ਆ, ਬਿੱਠਲ। ਕਹਿੰਦੇ ਬਿੱਠਲ ਬਿੱਠਲ ਉਸਦਾ ਨਾਂ ਸੀਗਾ ਉਹ ਮੂਰਤੀ ਦਾ। ਕਹਿੰਦੇ ਉਹਦਾ ਨਾਨਾ ਕਿਤੇ ਚੱਲਿਆ, ਉਹਨੂੰ ਕਹਿ ਕੇ ਗਿਆ ਵੀ ਭਲਕੇ ਤੂੰ ਜਾ ਕੇ ਭੋਗ ਲਵਾ ਲਈ ਦੁੱਧ ਦਾ। ਸੋ ਇਹ ਭੋਗ ਲਵਾਉਣ ਵਾਸਤੇ ਚੱਲਿਆ ਗਿਆ, ਇਹਨੂੰ ਵਿਚਾਰਾ ਛੋਟਾ ਸੀਗਾ ਇਹ, ਅਤੇ ਇਹ ਜਾ ਕੇ ਮੂਹਰੇ ਬਹਿ ਗਿਆ, ਕਹਿੰਦਾ ਬਿੱਠਲ ਦੁੱਧ ਪੀ ਲਾ। ਅਸਲ 'ਚ ਦੁੱਧ ਦਾ ਭੋਗ ਕਿਸੇ ਉਚਾ ਕੇ ਦੁੱਧ ਮਾੜਾ ਜਿਹਾ ਮੂਰਤੀ ਦੇ ਮੂੰਹ ਨੂੰ ਲਾ ਦਿੰਦੇ ਸੀਗੇ, ਇਹ ਬਹਿ ਗਿਆ, ਕਹਿੰਦਾ ਪਰਮਾਤਮਾ ਤੂੰ ਪੀ ਕੇ ਹੀ ਜਾ, ਹੁਣ ਆ ਹੁਣ ਮੇਰੇ ਸਾਹਮਣੇ ਬਹਿ ਕੇ ਪੀ। ਕਹਿੰਦਾ ਨਾਮਾ ਦੇਖੇ ਨਰਾਇਣ ਹੱਸਿਆ, ਕਹਿੰਦੇ ਪਰਮਾਤਮਾ ਆ ਗਿਆ ਸਾਹਮਣੇ, ਉਹ ਚੱਕ ਕੇ ਉਸਦੇ ਸਾਹਮਣੇ ਬਹਿ ਕੇ ਦੁੱਧ ਪੀਤਾ ਬਿੱਠਲ ਨੇ। ਸੋ ਕਹਿੰਦੇ ਦੇਖੋ ਹਰ ਗੁਣ ਗਾਏ,
ਕਹਿੰਦੇ ਇਹ ਵੀ ਗੁਣ ਗਾਉਂਦਾ ਰਿਹਾ 72 ਵਾਰੀ ਭਗਤ ਨਾਮਦੇਵ ਨੂੰ ਪ੍ਰਤੱਖ ਦਰਸ਼ਨ ਹੋਏ ਪਰਮਾਤਮਾ ਦੇ। ਹੱਲੇ ਯਾਰਾ ਦੇਖੋ ਕਿੰਨੀ ਸੋਹਣੀ ਸਾਖੀ ਆਉਂਦੀ ਆ। ਕਹਿੰਦੇ ਵਿਚਾਰਾ ਘੋੜੀ ਮੰਗਦਾ ਸੀ, ਪਰਮਾਤਮਾ ਮੁਗਲ ਬਣ ਕੇ ਆ ਗਿਆ, ਕਹਿੰਦਾ ਮੇਰੀ ਘੋੜੀ ਚੱਕ। ਕਹਿੰਦਾ ਮੈਂ ਤਾਂ ਬੈਠਣ ਵਾਸਤੇ ਘੋੜੀ ਮੰਗੀ ਸੀ, ਇਹ ਮੈਨੂੰ ਹੀ ਘੋੜੀ ਚੱਕਣੀ ਪੈ ਗਈ ਇਹਨੂੰ। ਫਿਰ ਉਦੋਂ ਉਹਨਾਂ ਨੇ ਸ਼ਬਦ ਪੜਿਆ ਨਾ, ਹੱਲੇ ਯਾਰਾ ਖੁਸ਼ਖਬਰੀ। ਸੋ ਇਉਂ ਕਰਕੇ ਜਿਹੜਾ ਹੈ ਕਹਿੰਦੇ ਭਗਤ ਨਾਮਦੇਵ ਜੀ ਵੀ ਐਸੇ ਸਨ। ਕੁਲ ਰਵ ਦਾ ਚਮਾਰ ਹੈ ਸੈਨ ਸਨਾਤੀ ਅੰਦਰ ਆਈ। ਦੇਖੋ ਕਹਿੰਦੇ ਕੁਲ, ਕਹਿੰਦੇ ਕੁਲ ਦੇ ਵਿੱਚ ਰਵਿਦਾਸ ਚਮਾਰ ਹੈ, ਚਮਾਰ ਜਾਤੀ ਵਿੱਚੋਂ ਜੁੱਤੀਆਂ ਨੂੰ ਗੰਢਣ ਵਾਲਾ ਵਿਚਾਰਾ ਗਰੀਬ। ਹਾਂਜੀ, ਕਹਿੰਦੇ ਕੌਣ ਪੁੱਛਦਾ ਸੀਗਾ ਇਹਨੂੰ ਵਿਚਾਰੇ ਨੂੰ? ਪਰ ਕਹਿੰਦੇ ਜਦੋਂ ਇਹਦੇ 'ਤੇ ਕਹਿੰਦੇ ਜਦੋਂ ਇਹਨੇ ਆਪਣਾ ਇੱਕ ਜਿਹੜਾ ਸਿੱਕਾ ਦਿੱਤਾ ਕਿਸੇ ਬਾਹਮਣ ਨੂੰ ਵੀ ਤੂੰ ਗੰਗਾ 'ਤੇ ਚੱਲਿਆ ਮੇਰੇ ਵਾਸਤੇ ਵੀ ਸੁੱਟ ਦੀ, ਪਰ ਕਹਿੰਦਾ ਸੁੱਟਣਾ ਉਦੋਂ ਜੇ ਗੰਗਾ ਹੱਥ ਵਿੱਚ ਲਵੇ। ਤਾਂ ਕਹਿੰਦੇ ਉਸ ਵੇਲੇ ਗੰਗਾ ਆਪਣਾ ਹੱਥ ਕੱਢ ਕੇ ਲੈ ਕੇ ਗਈ ਇਹਦਾ ਸਿੱਕਾ। ਸੋ ਬਾਹਮਣ ਦੇਖ ਕੇ ਹੈਰਾਨ ਹੋ ਗਿਆ। ਅਤੇ ਇਉਂ ਕਰਕੇ ਜਿਹੜਾ ਹੈ ਕਹਿੰਦੇ ਭਗਤ ਰਵਿਦਾਸ ਭਾਵੇਂ ਚਮਾਰ ਸੀਗਾ, ਕਹਿੰਦੇ ਇਹਦੀ ਵੀ ਕਿੱਡੀ ਇੱਜ਼ਤ ਹੋਈ। ਅਤੇ ਅਗਲਾ ਭਗਤ ਕੀ ਆ, ਸੈਨ, ਸੈਨ ਮੀਨਸ ਨਾਈ, ਨਾਈ ਸੀਗਾ ਇਹ ਜਿਹੜਾ ਕਿ ਗਰੂਮਿੰਗ ਕਰਦਾ ਸੀਗਾ ਰਾਜੇ ਦੀ, ਜਾ ਕੇ ਰਾਜੇ ਨੂੰ ਤਿਆਰ ਕਰਦਾ ਸੀਗਾ। ਸੈਨ ਸਨਾਤੀ ਅੰਦਰ ਨਾਈ, ਕਹਿਣ ਲੱਗੇ ਇਹ ਜਿਹੜਾ ਹਨ ਇਹਨੂੰ ਨਾਈ ਲੋਕ ਕਹਿ ਕੇ ਨੀਵੀਂ ਜਾਤੀ ਦਾ ਜਾਣਦੇ ਸੀਗੇ। ਪਰ ਜਿੱਦਣ ਇਹ ਸਾਧ ਸੰਗਤ ਵਿੱਚ ਚਲਿਆ ਗਿਆ, ਇਹ ਸੰਗਤ ਵਿੱਚ ਕਰਦਾ ਰਿਹਾ, ਕੀ ਹੋਇਆ ਜੀ, ਉਹ ਪਰਮਾਤਮਾ ਇਹਦਾ ਕੰਮ ਕਰਨ ਵਾਸਤੇ ਰਾਜੇ ਦੇ ਘਰ ਨਾਈ ਬਣ ਕੇ ਗਿਆ। ਉਹਨੇ ਜਾ ਕੇ ਰਾਜੇ ਨੂੰ ਤਿਆਰ ਕੀਤਾ। ਅਤੇ ਦੇਖੋ ਫਿਰ ਉਹ ਰਾਜਾ ਇੰਨਾ ਖੁਸ਼ ਹੋਇਆ, ਉਹਦੇ ਖਿਆਲ ਵੀ ਇਹ ਆਇਆ, ਇਹ ਤਾਂ ਵਿਚਾਰਾ ਲੇਟ ਹੋਇਆ ਹੋਇਆ ਭੱਜਿਆ। ਅਤੇ ਜਾਂਦੇ ਨੂੰ ਰਾਜੇ ਨੇ ਗਲਵੱਖੜੀ ਵਿੱਚ ਲੈ ਲਿਆ, ਆਪਣਾ ਹਾਰ ਕੱਢ ਕੇ ਇਹਦੇ ਪਾਇਆ। ਅਤੇ ਇਹ ਕਹਿੰਦਾ ਵੀ ਮੈਂ ਤਾਂ ਕੀਤਾ ਹੀ ਕੁਛ ਨਹੀਂ, ਮੈਂ ਲੇਟ ਆਇਆ। ਕਹਿੰਦਾ ਤੂੰ ਆਇਆ ਸੀ ਸਵੇਰੇ? ਤਾਂ ਉਦੋਂ ਪਤਾ ਲੱਗਿਆ ਵੀ ਉਹ ਤਾਂ ਰੱਬ ਆਪ ਆਇਆ ਸੀ ਸੈਣ ਬਣ ਕੇ। ਸੋ ਦੇਖੋ ਨਾਈ ਦਾ ਕੰਮ ਵੀ ਰੱਬ ਨੇ ਆਪ ਆ ਕੇ ਕੀਤਾ ਇਹਦੇ ਵਾਸਤੇ। ਫਿਰ ਕੋਇਲ ਪਾਲੇ ਕਾਵਣੀ ਅੰਤ ਮਿਲੇ ਆਪਣੇ ਕੁਲ ਜਾਈ। ਦੇਖੋ ਕਿ ਕਿੰਨਾ ਸੋਹਣਾ ਐਗਜ਼ਾਮਪਲ ਆ ਨਾ ਇਹ, ਭਾਈ ਗੁਰਦਾਸ ਨੇ ਕਮਾਲ ਕਰਤੀ ਜੀ ਐਗਜ਼ਾਮਪਲ ਦੀ, ਦ੍ਰਿਸ਼ਟਾਂਤ ਦਿੰਦੇ ਨੇ। ਕਹਿੰਦੇ ਕੋਇਲ ਪਾਲੇ ਕਾਵਣੀ, ਕਹਿੰਦੇ ਕੀ ਹੁੰਦਾ ਨਾ ਜਦੋਂ ਕੋਇਲ ਜਿਹੜੀ ਹੈ ਨਾ ਆਪਣੇ ਆਲਣੇ ਦੇ ਵਿੱਚ ਜੋ ਅੰਡੇ ਦਿੰਦੀ ਆ ਨਾ, ਜਦੋਂ ਅੰਡੇ ਲੇ ਕਰਦੀ ਹੈ, ਇੱਕ ਲੇ ਕਰਦੀ ਆ, ਇਹ ਕਾਂ ਆਉਂਦੇ ਨੇ, ਕਰੋ ਆਉਂਦੇ ਨੇ, ਇਹ ਕੀ ਕਰਦੇ ਨੇ, ਇਹਦੇ ਅੰਡਿਆਂ ਨੂੰ ਚੂਸ ਲੈਂਦੇ ਨੇ, ਖਾ ਲੈਂਦੇ ਨੇ। ਓਕੇ, ਕੋਇਲ ਹੈ, ਕੋਇਲ ਦੇ ਅੰਡਿਆਂ ਨੂੰ ਖਾ ਲੈਂਦੇ ਨੇ ਉਹ। ਕਹਿੰਦੇ ਫਿਰ ਨਾ ਹਮੇਸ਼ਾ ਨਾ ਇਹ ਕੋਇਲ ਵਿਚਾਰੀ ਨਾ ਇਹਦਾ ਅੰਡਾ ਕੋਈ ਵੀ ਨਹੀਂ ਹੁੰਦਾ ਵਿਚਾਰੀ ਦਾ, ਜਾਂਦੀ ਆ ਉਹ ਕਾਂ ਜਾਂਦੇ ਨੇ, ਵਿਚਾਰੀ ਛੋਟੀ ਆ, ਕਾਂ ਵੱਡੇ ਨੇ, ਸੋ ਉਹ ਖਾ ਜਾਂਦੇ ਨੇ। ਕੋਇਲ ਕਿੱਡੀ ਹੁਸ਼ਿਆਰ ਆ, ਇਹ ਕੀ ਕਰਦੇ, ਜਦੋਂ ਇਹਨੇ ਅੰਡੇ ਦੇਣੇ ਹੋਣ ਨਾ, ਇਹ ਜਾ ਕੇ ਕਰੋ ਦੇ ਜੋ ਜਦੋਂ ਕਾਂ ਕਿਤੇ ਚਲੇ ਜਾਂਦੇ ਨਾ, ਉਹਨਾਂ ਦਾ ਆਲਣਾ ਖਾਲੀ ਹੁੰਦਾ, ਇਹ ਉੱਥੇ ਜਾ ਕੇ ਅੰਡੇ ਦੇ ਦਿੰਦੀ ਆ। ਸੋ ਕੀ ਹੁੰਦਾ, ਉਹ ਫੀਮੇਲ ਕਰੋ ਜਿਹੜੀ ਹੁੰਦੀ ਆ, ਉਹਦੇ ਖਿਆਲ ਵੀ ਮੇਰਾ ਅੰਡਾ, ਉਹ ਪਾਲਦੀ ਆ ਇਹਨੂੰ ਸਵਾਰ ਕੇ, ਵੀ ਪਾਲਦੇ ਆ, ਕਿਉਂਕਿ ਹੁੰਦੇ ਤਾਂ ਦੋਵੇਂ ਕਾਲੇ ਨੇ, ਹਾਂਜੀ, ਕਰੋ ਵੀ ਕਾਲੇ ਆ, ਇਹ ਕੋਇਲ ਵੀ ਕਾਲੀ ਹੈ, ਉਹ ਆਪਣੇ ਅੰਡੇ ਸਮਝ ਕੇ ਵਿਚਾਰੀ ਪਾਲਦੀ ਹੈ, ਉਹਨੂੰ ਬਚਾਉਂਦੀ ਹੈ। ਪਰ ਜਦੋਂ ਇਹ ਹੈਚ ਹੋ ਜਾਂਦੇ ਨੇ, ਫਿਰ ਇਹ ਉੱਡਦੇ ਨੇ, ਜਦੋਂ ਫਿਰ ਕੋਇਲ ਬੋਲਦੀ ਹੈ, ਇਹ ਵਾਪਸ ਆਪਣੀ ਮਾਂ ਕੋਲ ਚਲੇ ਜਾਂਦੇ ਨੇ। ਸੋ ਦੇਖੋ ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਭਗਤ ਲੋਕ ਆ ਨਾ, ਭਾਵੇਂ ਉਹ ਨਾਈ ਦੀ ਜਾਤੀ ਵਿੱਚੋਂ ਹੋਵੇ, ਭਾਵੇਂ ਚਮਿਆਰਾਂ ਦੀ ਜਾਤੀ, ਉਹ ਜੁਲਾਹਾਂ ਦੀ ਜਾਤੀ ਵਿੱਚੋਂ ਹੋਵੇ, ਪਰ ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਂ ਸੁਣਦਾ ਹੈ, ਉਹ ਉੱਥੇ ਹੀ ਚਲੇ ਜਾਂਦੇ ਨੇ, ਫਿਰ ਮੁੜ ਕੇ ਭਗਤ ਦੇ ਭਗਤ ਬਣ ਜਾਂਦੇ ਨੇ, ਭਾਵੇਂ ਕਿਤੇ ਵੀ ਹੋਣ। ਦੇਖੋ ਕਿੰਨਾ ਸੋਹਣਾ ਐਗਜ਼ਾਮਪਲ ਆ ਇਹ, ਭਾਈ ਗੁਰਦਾਸ ਨੇ ਕਿੰਨੀ ਕਮਾਲ ਦੀ ਐਗਜ਼ਾਮਪਲ ਆਪਾਂ ਨੂੰ ਦੇਖ ਕੇ ਸਮਝਾਇਆ ਹੈ। ਕਹਿੰਦੇ ਹਰੀ ਦੇ ਭਗਤ ਜਦੋਂ ਪਰਮਾਤਮਾ ਦਾ ਨਾਂ ਸੁਣਦੇ, ਆਟੋਮੈਟਿਕ ਉੱਤੇ ਪਹੁੰਚ ਜਾਂਦੇ ਨੇ। ਫਿਰ ਕ੍ਰਿਸ਼ਨ ਜਸੋਦਾ ਪਾਲਿਆ ਵਾਸਦੇਵ ਕੁਲ ਕਮਲ ਸਦਾਈ। ਦੇਖੋ ਕ੍ਰਿਸ਼ਨ ਭਗਵਾਨ ਜਿਹੜਾ ਸੀਗਾ ਉਹ ਕੰਸ, ਉਹ ਆਪਣੀ ਭੈਣ ਸੀ ਦੇਵਕੀ, ਸੋ ਉਹਨੂੰ ਪ੍ਰਿਜਨ 'ਚ ਰੱਖ ਕੇ ਉਹਦੇ ਜਵਾਕ ਮਾਰੀ ਜਾਂਦਾ ਸੀ ਵੀ ਇਹਨਾਂ ਦੇ ਬੱਚਿਆਂ ਨੇ ਮੈਨੂੰ ਮਾਰਨਾ ਹੈ। ਸੋ ਅਖੀਰਕਾਰ ਕਹਿੰਦੇ ਉਹ ਜਿਹੜਾ ਇਹਦਾ ਪਿਤਾ ਸੀਗਾ, ਹਾਂਜੀ, ਜੋ ਜਿਹੜਾ ਹਨ ਵਾਸਦੇਵ, ਕਹਿੰਦੇ ਉਹ ਲੈ ਕੇ ਉਹਨੂੰ ਚਲਿਆ ਗਿਆ, ਜਾ ਕੇ ਕਿੱਥੇ, ਉਹਨੇ ਜਾ ਕੇ ਇੱਕ ਜਿਹੜਾ ਗਾਈਆਂ ਨੂੰ ਰੱਖਣ ਵਾਲੇ ਲੋਕ ਸੀਗੇ, ਨੰਦਨਾਥ ਉਹਦਾ ਨਾਂ ਸੀਗਾ, ਹਾਂਜੀ, ਜਸੋਦਾ ਉਹਦੀ ਘਰ ਵਾਲੀ ਸੀ, ਉਹਨਾਂ ਨੂੰ ਆਪਣਾ ਪੁੱਤਰ ਦਿੱਤਾ ਪਾਲਣ ਵਾਸਤੇ। ਸੋ ਕ੍ਰਿਸ਼ਨ ਨੂੰ ਉਹਨਾਂ ਨੇ ਪਾਲਿਆ,
ਦੇਵਕੀ ਅਤੇ ਉਹਦਾ ਜਿਹੜਾ ਕ੍ਰਿਸ਼ਨ ਦਾ ਅਸਲੀ ਮਾਂ ਬਾਪ ਸੀ ਉਹ ਤਾਂ ਜੇਲ੍ਹ ਵਿੱਚ ਸੀਗੇ, ਕਹਿੰਦੇ ਇਹਨਾਂ ਨੇ ਪਾਲਿਆ, ਪਰ ਜਦੋਂ ਕ੍ਰਿਸ਼ਨ ਵੱਡਾ ਹੋਇਆ ਉਹ ਵਾਪਸ ਗਿਆ, ਕਹਿੰਦੇ ਕੀ ਹੋਇਆ, ਵਾਸਦੇਵ ਕੁਲ, ਉਹਨੇ ਵਾਸਦੇਵ ਆਪਣੇ ਪਿਤਾ ਦੀ ਕੁਲ ਨੂੰ ਜਾ ਕੇ ਸ਼ਿੰਗਾਰਿਆ, ਉਹਨੇ ਕਵਲ ਬਣ ਗਿਆ, ਉਹ ਜਾ ਕੇ ਆਪਣੀ ਕੁਲ ਨੂੰ ਜਾ ਕੇ ਉਹਨੇ ਬਚਾਇਆ ਅਤੇ ਰਾਜ ਕੀਤਾ ਕ੍ਰਿਸ਼ਨ ਭਗਵਾਨ ਨੇ। ਸੋ ਫਿਰ ਕੀ ਭਾਂਡਾ ਨਾ ਵਿਚਾਰੀ ਹੈ ਭਗਤਾਂ ਜਾਤ ਸਨਾਤ ਨਾ ਕਾ। ਦੇਖੋ ਕਹਿੰਦੇ ਘਿਓ ਦੇ ਭਾਂਡੇ ਦੀ ਵਿਚਾਰ ਨਾ ਕਰੋ, ਘਿਓ ਦਾ ਭਾਂਡਾ ਭਾਵੇਂ ਪਲਾਸਟਿਕ ਦਾ ਹੈ, ਭਾਵੇਂ ਟੀਨ ਦਾ ਹੈ, ਭਾਵੇਂ ਕੱਪੜੇ 'ਚ ਘਿਓ ਬੰਨਿਆ ਹੋਇਆ, ਹੈਗਾ ਤਾਂ ਘਿਓ ਆ ਨਾ। ਸੋ ਉਹਦਾ ਭਾਂਡੇ ਦੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਹਿੰਦੇ ਘਿਓ ਜਿਹਾ ਕੀ ਭਾਂਡਾ ਨਾ ਵਿਚਾਰੀ ਹੈ ਭਗਤਾਂ ਜਾਤ ਸਨਾਤ ਨਾ ਕਾਈ। ਇਸ ਕਰਕੇ ਭਗਤਾਂ ਦੀ ਜਾਤ ਚੰਗੀ ਜਾਤ, ਉੱਚੀ ਜਾਤ ਅਤੇ ਮਾੜੀ ਜਾਤ ਸਨਾਤ ਨਹੀਂ ਹੁੰਦੀ, ਉਹਨਾਂ ਦੀ ਜਾਤ ਇੱਕੋ ਹੀ ਹੈ, ਭਗਤ। ਉਹ ਭਗਤ ਹੁੰਦੇ ਨੇ, ਪਰਮਾਤਮਾ ਦੇ ਪਿਆਰੇ ਹੁੰਦੇ ਨੇ। ਸੋ ਦੈਟਸ ਵਾਈ ਗੁਰੂ ਨਾਨਕ ਨੇ ਜਦੋਂ ਸਾਰੇ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੁੱਧ ਨੂੰ ਇਕੱਠੇ ਕਰਕੇ ਉਹਨਾਂ ਨੇ ਸਿੱਖ ਬਣਾ ਲਿਆ। ਕਿਉਂ ਸਿੱਖ ਬਣਾਇਆ? ਕਿਉਂਕਿ ਸਾਰਿਆਂ ਨੂੰ ਇਕੱਠਾ ਕਰ ਲਿਆ, ਜਿਵੇਂ ਹੁਣ ਇਹ ਭਗਤ ਦੀ ਗੱਲ ਹੈ, ਸਾਰੇ ਭਗਤ ਨੇ ਘਿਓ ਹੈ, ਭਾਂਡੇ ਹੋਰ ਨੇ, ਕਿਸੇ ਨੇ ਕਿਸੇ ਘਰ 'ਚ ਜਨਮ ਲਿਆ, ਕਿਸੇ ਨੇ ਕਿਸੇ, ਪਰ ਇਕੱਠੇ ਹੋ ਗਏ ਸਾਰੇ, ਸਾਰਿਆਂ ਨੂੰ ਇਕੱਠੇ ਕਰ ਲਿਆ। ਕਹਿੰਦੇ ਭਗਤ ਜਾਤ ਸਨਾਤ ਨਾ ਕਾਈ, ਉਹਨਾਂ ਦੀ ਜਾਤ ਪਾਤ ਨਹੀਂ ਹੁੰਦੀ, ਉਹ ਵਾਪਸ ਉਹੀ ਹੁੰਦੇ ਨੇ, ਘਿਓ ਦਾ ਘਿਓ ਹੀ ਹੈ। ਇਸ ਕਰਕੇ ਚਰਨ ਕਮਲ ਸਤਿਗੁਰ ਸ਼ਰਨ ਆਏ। ਦੇਖੋ ਕਹਿੰਦੇ ਕੀ ਪੱਟ ਭਾਂਡਾ ਕਹੇ ਨਾ ਕੋਈ। ਦੇਖੋ ਬਾਣੀ ਵਿੱਚ ਵੀ ਮਹਾਰਾਜ ਨੇ ਲਿਖਿਆ ਹੈ ਨਾ, ਐਸੇ ਭਗਤ ਵਰਨਮੈ ਹੋਏ। ਹੁਣ ਦੇਖੋ ਇਹ ਭਗਤ ਦੀ ਗੱਲ ਇਹ ਐਸੀ ਹੋਈ ਹੈ। ਹੁਣ ਦੇਖੋ ਜਦੋਂ ਮਹਾਰਾਜ ਨੇ ਆਪਣੂੰ ਸਿੱਖ ਬਣਾ ਲਿਆ, ਫਿਰ ਆਪਣੇ ਵਿੱਚ ਆਪਾਂ ਕਿਵੇਂ ਕਹਿ ਸਕਦੇ ਮੈਂ ਜੱਟ ਹਾਂ, ਮੈਂ ਇਹ ਹਾਂ, ਮੈਂ ਉਹ, ਕਹਿਣਾ ਆਪਾਂ ਸਿੱਖ ਬਣ ਗਏ ਹਾਂ, ਆਪਾਂ ਇੱਕ ਹੋ ਗਏ ਹਾਂ, ਅਤੇ ਉਹ ਇੱਕ ਜਿਹੜੇ ਨੇ ਉਹਨਾਂ ਦੇ ਵਿੱਚ ਉਹੀ ਸਿੱਖਿਆ, ਉਹੀ ਸਭ ਕੁਝ ਹੈ, ਫਿਰ ਥਿੰਕਿੰਗ ਵੀ ਇੱਕ ਹੋ ਗਈ। ਅਤੇ ਕਹਿੰਦੇ ਚਰਨ ਕਮਲ ਸਤਿਗੁਰ ਸਰਨਾਈ। ਇਸ ਕਰਕੇ ਸਤਿਗੁਰਾਂ ਦੇ ਚਰਨ ਜਿਹੜੇ ਨੇ ਉਹ ਕਵਲ ਵਰਗੇ ਨੇ, ਅਤੇ ਸਤਿਗੁਰਾਂ ਦੀ ਸਰਨਾਈ ਵਿੱਚ ਰਹਿਣਾ ਹੀ ਸਿੱਖ ਦਾ ਮੁੱਖ ਕਰਮ ਹੈ, ਜਿਹਦੇ ਕਰਕੇ ਆਪਾਂ ਆਪਣੇ ਆਪ ਨੂੰ ਸਿੱਖ ਆਪਾਂ ਉੱਚਾ ਕਰ ਸਕਦੇ ਹਾਂ। ਜੇ ਗੁਰੂ ਦੀ ਸ਼ਰਨ ਵਿੱਚ ਜਾਊਂਗੇ, ਗੁਰੂ ਦੇ ਚਰਨਾਂ ਨਾਲ ਜੁੜਾਂਗੇ, ਆਪਾਂ ਉੱਚੇ ਹੋਵਾਂਗੇ। ਜੇ ਆਪਾਂ ਆਪਣੇ ਆਪ 'ਚ ਉੱਚੇ ਹੋਗੇ ਤਾਂ ਆਪਾਂ ਬਹੁਤ ਨੀਵੇਂ ਜਾਵਾਂਗੇ, ਰਾਈਟ। ਜੇ ਆਪਾਂ ਨੀਵੇਂ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਾਂਗੇ, ਗੁਰੂ ਆਪਾਂ ਨੂੰ ਉੱਚੇ ਕਰੇਗਾ। ਜੇ ਆਪਾਂ ਆਪਣੇ ਆਪ ਨੂੰ ਉੱਚਾ ਕਰਾਂਗੇ, ਉੱਚੇ ਨਹੀਂ ਹੋ ਸਕਦੇ, ਕਿਸੇ ਨੇ ਹੋਣੇ ਨਹੀਂ ਦੇਣਾ ਤੁਹਾਨੂੰ ਉੱਚੇ, ਉਹਨਾਂ ਨੇ ਚੱਕ ਕੇ ਤੁਹਾਨੂੰ ਥੱਲੇ ਮਾਰਨਾ ਹੈ, ਅਤੇ ਤੁਹਾਡਾ ਕੋਈ ਬਚਾਉਣ ਵਾਲਾ ਵੀ ਨਹੀਂ ਹੈਗਾ। ਸੋ ਹੰਕਾਰ ਦੀ ਬੁਨਿਆਦ ਨਹੀਂ ਹੁੰਦੀ, ਕੋਈ ਫਾਊਂਡੇਸ਼ਨ ਨਹੀਂ ਹੁੰਦੀ ਹੰਕਾਰ ਦੀ, ਪਰ ਨਿਮਰਤਾ ਦੀ ਹੁੰਦੀ ਹੈ। ਨਿਮਰਤਾ ਹੈਸ ਅ ਗੁੱਡ ਫਾਊਂਡੇਸ਼ਨ। ਸੋ ਇਸ ਕਰਕੇ ਚਰਨ ਕਮਲ ਸਤਿਗੁਰ ਸਰਨਾਈ, ਭਾਈ ਗੁਰਦਾਸ ਨੇ ਐਗਜ਼ਾਮਪਲ ਦੇ ਕੇ ਸਮਝਾਇਆ ਕਿ ਸਿੱਖ ਕੀ ਹੁੰਦਾ ਹੈ। ਓਕੇ, ਕੀ ਭਾਂਡਾ ਨਾ ਵਿਚਾਰੀ ਹੈ ਭਗਤਾਂ ਜਾਤ ਸਨਾਤਨਾ ਕਾਈ, ਚਰਨ ਕਮਲ ਸਤਿਗੁਰ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਪਾਲਕੇ।